जिहड़े साडियां धिरां ने जिहड़ियां अपने आप नूं पंथ दियां कौम दियां पंजाब दियां हतैशी धिरां कहा के हुण तक सरकारां बणाउंदियां रहियां ने ਉਹ ਮੈਦਾਨ ਹੀ ਛੱਡ ਕੇ ਭੱਜ ਗਏ ਆ। ਬਹਾਨਾ ਬਣਾਇਆ ਜੀ ਕਿ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ। ਚਲੋ ਕੱਲਾ ਸੁਖਬੀਰ ਬਾਦਲ ਤਨਖਾਹੀਆ ਕਰਾਰ ਦਿੱਤਾ ਗਿਆ, ਬਾਕੀ ਤਾਂ ਸਾਡੀ ਪਾਰਟੀ ਨਹੀਂ। ਦੂਜੇ ਪਾਸੇ ਮੈਂ ਦੇਖਦਾ ਕਿ ਸਾਡੇ ਜਿਹੜੇ ਅਸਲ ਮੁੱਦਿਆਂ ਦੀ ਗੱਲ ਹੈ, ਪੰਜਾਬ ਦੇ ਮੁੱਦਿਆਂ ਦੀ ਗੱਲ ਹੈ, ਜਿਨ੍ਹਾਂ ਮੁੱਦਿਆਂ ਦੇ ਉੱਤੇ ਲਗਾਤਾਰ ਅਸੀਂ ਲੜ ਵੀ ਰਹੇ ਹਾਂ, ਸੰਘਰਸ਼ ਕਰ ਰਹੇ ਹਾਂ, ਬੋਲ ਰਹੇ ਹਾਂ, ਉਹ ਮੁੱਦਿਆਂ ਨੂੰ ਕਦੇ ਇਹਨਾਂ ਚੋਣਾਂ ਦੇ ਵਿੱਚ ਵਾਰਿਆ ਨਹੀਂ ਜਾਂਦਾ। ਸਾਡੇ ਲੋਕ ਵੀ ਉਹੋ ਜਿਹੇ ਹੋਏ ਖੜੇ ਆ, ਰਾਜ ਭਾਲਦੇ ਹਾਂ ਅਸੀਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਵਰਗਾ, ਤੇ ਦਾਰੂਆਂ ਦੀਆਂ ਬੋਤਲਾਂ ਪਿੱਛੇ ਵਿਕ ਕੇ ਸਰਪੰਚ ਚੁਣ ਦਿੰਦੇ ਆ। ਆ ਹੋਏ ਆ ਦੌਰ ਸਰਪੰਚੀ ਦੀਆਂ ਚੋਣਾਂ ਲੰਘੀਆਂ, ਕਿੰਨੇ ਕਿੰਨੇ ਲੱਖਾਂ ਰੁਪਇਆ ਲੋਕਾਂ ਨੇ ਲਾਤਾ ਵੋਟਾਂ 'ਚ, ਜ਼ਮੀਨਾਂ ਗਹਿਣੇ ਬੈ ਧਰ ਕੇ ਵਿਆਜੂ ਪੈਸੇ ਚੱਕ ਕੇ, 20-20 30-30 ਕਿੱਲਿਆਂ ਵਾਲੇ ਵੀ ਸ਼ਰਾਬ ਦੀਆਂ ਬੋਤਲਾਂ ਸਰਪੰਚਾਂ ਦੇ ਘਰੋਂ ਲਿਜਾਂਦੇ ਸੀ ਵੀ ਸਾਡੀ ਕੰਬਾਈਨ ਲੱਗਣੀ ਆ, ਸਾਨੂੰ ਦੇ ਦਿਓ, ਉਹਨਾਂ ਨੂੰ ਪਿਆਦਾ ਕਰਾਂਗੇ। ਸਿੱਖਾਂ ਦਾ ਜੇ ਸਿੱਖਾਂ ਕੋਲੇ ਕੋਈ ਰੁਤਬਾ, ਕੋਈ ਮਾਨ ਆ, ਕੋਈ ਸਨਮਾਨ ਆ, ਤਾਂ ਸਿੱਖ ਦਾ ਕਿਰਦਾਰ ਹੈ। ਗੁੱਸਾ ਨਾ ਕਰਿਓ, ਅੱਜ ਉਹ ਕਿਰਦਾਰ ਰਿਹਾ ਨਹੀਂ, ਅਸੀਂ ਉਹ ਕਿਰਦਾਰ ਤੋਂ ਡਿੱਗ ਚੁੱਕੇ ਹਾਂ, ਅਖਲਾਕ ਤੋਂ ਆਪਣੇ ਤੋਂ ਖਤਮ ਹੋ ਚੁੱਕੇ ਹਾਂ, ਜਿਸ ਕਰਕੇ ਹਾਲਾਤ ਸਾਡੇ ਆਹ ਬਣ ਚੁੱਲੇ ਆ। ਗੈਰ ਪੰਜਾਬੀਆਂ ਦੇ ਕਬਜ਼ੇ ਪੰਜਾਬ ਤੇ ਹੋ ਰਹੇ ਆ, ਕਿੱਡੀ ਸ਼ਰਮ ਦੀ ਦੁੱਖ ਦੀ ਗੱਲ ਹੈ। ਬਾਹਰਲੇ ਸੂਬਿਆਂ ਤੋਂ ਆ ਕੇ ਸਰਪੰਚ ਬਣ ਰਹੇ ਆ, ਇੱਥੇ ਤੁਹਾਡੇ MLA ਬਣਨਗੇ, ਤੁਹਾਡੇ MP ਬਣਨਗੇ, ਤੁਹਾਡੇ ਮੰਤਰੀ ਮੁੱਖ ਮੰਤਰੀ ਉਹ ਬਣਨਗੇ। ਕੱਲਾ ਕੱਲਾ ਜਵਾਕ ਆ ਬਾਹਰਲੇ ਮੁਲਕਾਂ ਨੂੰ ਤੋਰੀ ਜਾਂਦੇ ਆ, ਜ਼ਮੀਨਾਂ ਵੇਚ ਕੇ ਭੱਜੀ ਜਾਂਦੇ ਆ, ਤੁਹਾਡੇ ਪਾਣੀਆਂ ਜ਼ਹਿਰ ਪਾਤੀ। 12 ਦੀਆਂ ਰਿਪੋਰਟਾਂ, 2012 ਦੀਆਂ, ਕਿ ਤੁਹਾਡੇ ਪਾਣੀ ਯੂਰੇਨੀਅਮ ਆਇਆ। ਅੱਜ 12-13 ਸਾਲ ਪਹਿਲਾਂ ਰਿਪੋਰਟਾਂ ਆ ਗਈਆਂ, ਸਰਕਾਰ ਨੇ ਦੱਬ ਲਈਆਂ ਰਿਪੋਰਟਾਂ, ਦੱਸਿਆ ਨਹੀਂ ਲੋਕਾਂ ਨੂੰ ਵੀ ਪਾਣੀ ਦੇ ਵਿੱਚ ਯੂਰੇਨੀਅਮ ਆ, ਵੀ ਲੋਕ ਭੜਕ ਨਾ ਜਾਣ ਕਿਤੇ। ਨਾ ਤੁਹਾਡਾ ਦਰਿਆਵਾਂ ਦਾ ਪਾਣੀ ਪੀਣ ਜੋਗਾ, ਨਾ ਤੁਹਾਡੇ ਧਰਤੀ ਹੇਠਲਾ ਪਾਣੀ ਪੀਣ ਜੋਗਾ। ਆਹ ਤੁਹਾਡੇ ਮੁੱਢ ਬਾਟ ਇੱਥੇ ਬੈਠਾ ਧੌਲੇ ਵਾਲਾ, ਉਹ ਟਰਾਈਡੈਂਟ ਫੈਕਟਰੀ ਵਾਲਾ, ਸਾਰੀ ਜ਼ਹਿਰ ਜਿੰਨਾ ਕੈਮੀਕਲ ਆ ਧਰਤੀ ਹੇਠਾਂ ਪਾਈ ਜਾਂਦਾ, ਉਹੀ ਪਾਣੀ ਤੁਸੀਂ ਪੀ ਜਾਂਦੇ ਹੋ। ਜਿੱਥੇ ਲੜਨ ਦੀ ਲੋੜ ਆ ਕੋਈ ਉੱਠ ਕੇ ਜਾਣ ਨੂੰ ਤਿਆਰ ਨਹੀਂ, ਤੇ ਉਹੀ ਲਾਂਗਰ ਚੱਕੀ ਫਿਰਦੇ ਆ ਬਿਨਾਂ ਗੱਲ ਤੋਂ। ਆ ਜਿੰਨਾ ਦੱਖਣੀ ਮਾਲਵਾ ਲੈ ਕੇ ਫਿਰੋਜ਼ਪੁਰ ਤੋਂ ਹਬੋਰ ਫਾਲਕਾ ਤੱਕ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਮੁਕਤਸਰ, ਉਹ ਗਾਂ ਰਾਜਸਥਾਨ ਦੇ ਵੀ 8 ਜ਼ਿਲ੍ਹੇ, 80-80% ਲੋਕਾਂ ਨੂੰ ਕਾਲਾ ਪੀਲੀਆ ਦਾ ਕੈਂਸਰ ਹੋ ਚੁੱਕਿਆ। ਅਸੀਂ ਇਕੱਲੇ ਇਕੱਲੇ ਪਿੰਡ 'ਚ ਗਏ ਹਾਂ, ਸਾਲ ਸਾਲ ਦੇ ਜਵਾਕ ਕਿਡਨੀਆਂ ਗੁਰਦੇ ਖਤਮ ਹੋ ਰਹੇ ਆ। 9 ਕਰੋੜ ਲੀਟਰ ਪਾਣੀ ਡਾਇੰਗ ਫੈਕਟਰੀਆਂ ਦਾ ਲੁਧਿਆਣੇ ਤੋਂ ਇੱਕ ਦਿਨ ਦੇ ਵਿੱਚ ਬੁੱਢੇ ਦਰਿਆ ਰਾਹੀਂ ਸਤਲੁਜ ਪਾ ਦਿੰਦੇ ਆ। ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਹੁੰਦੀਆਂ ਨੇ, ਆਮ ਵਰਤਾਰੇ ਨਹੀਂ। ਤੁਹਾਡੇ ਕੁਦਰਤੀ ਵਸੀਲਿਆਂ ਨੂੰ ਤਬਾਹ ਕਰਨਾ, ਉਹਨਾਂ ਜ਼ਹਿਰਾਂ ਪਾਉਣੀਆਂ, ਤੁਹਾਡੇ ਕੁਦਰਤੀ ਵਸੀਲਿਆਂ ਤੇ ਕਬਜ਼ੇ ਕਰਨੇ, ਜੋ ਹਾਲਾਤ ਅੱਜ ਹੋ ਰਹੇ ਆ ਪੰਜਾਬ ਦੇ। ਅਸਲ ਮੁੱਦਿਆਂ ਵੱਲ ਨਾ ਭਰਾਵੋ ਸਾਡਾ ਧਿਆਨ, ਆ ਇਹਨਾਂ ਦਾ ਕਰਨੇ ਕੀ ਹੈ, ਜਿਹੜੇ ਰਵਾਇਤੀ ਧਿਰਾਂ ਲਗਾਤਾਰ ਤੁਹਾਡੇ ਕੋਲ ਆ ਕੇ ਵੋਟਾਂ ਮੰਗ ਕੇ ਸਰਕਾਰਾਂ ਬਣਾਉਂਦੀਆਂ ਰਹੀਆਂ ਨੇ। ਸੋ ਬਹੁਤੀਆਂ ਗੱਲਾਂ ਮੈਂ ਨਹੀਂ ਕਰਨੀਆਂ। ਅੱਜ ਸਾਨੂੰ ਅਸਲ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ, ਉਹਨੂੰ ਤਕੜਾ ਕਰਨ ਦੀ ਲੋੜ ਹੈ। ਬਾਕੀ ਜਿਹੜੇ ਜਾਲੀ ਫਾਲੀ ਦੇ ਡੰਗ ਟਪਾਊ ਜਾਲੀ ਅਕਾਲੀ ਦਲ ਸੀਗੇ ਭਰਾਵੋ, ਸਾਰੇ ਹੌਲੀ ਹੌਲੀ ਉਹ ਪਰਮਾਤਮਾ ਨੇ ਖਤਮ ਕਰ ਦੇਣੇ ਆ। ਜਿਹੜਾ ਬੰਦਾ ਆਪਣੀ ਕੌਮ ਨਾਲ, ਪੰਥ ਨਾਲ, ਪੰਜਾਬ ਪੰਜਾਬੀਅਤ ਨਾਲ ਧਰੋਹ ਕਮਾਉਂਦਾ ਹੈ, ਉਹ ਬਹੁਤਾ ਦੇਰ ਚੱਲਦਾ ਨਹੀਂ। ਤੁਹਾਡੇ ਸਾਹਮਣੇ ਆ ਬਾਦਲਾਂ ਦਾ ਕੀ ਹਾਲ ਹੋ ਗਿਆ, ਆ ਭਵੰਤ ਦਾ ਕੀ ਹਾਲ ਹੋ ਗਿਆ, ਖੁੱਡੇ ਲਾਇਆ ਪਿਆ, ਉੱਤੋਂ ਲਿਆ ਕੇ ਦਿੱਲੀਓ ਵਾਲੇ ਨੇ ਬੰਦੇ 5 ਬਿਠਾ ਤੇ ਸੀ ਮਾਹੌਲ ਦੇ ਵਿੱਚ। ਖੇਤ ਪਏ ਗਧੇ ਨਾਲ ਨਹੀਂ ਹੁੰਦੀ, ਜਿਹੜੀ ਭਵੰਤ ਮਾਨ ਨਾਲ ਬੋਕਰ ਵਾਲਿਆਂ ਨੇ ਕੀਤੀ ਆ। ਅਸੀਂ ਤਾਂ ਪਹਿਲਾਂ ਹੀ ਪਿੱਟਦੇ ਸੀਗੇ ਵੀ ਬੰਦੇ ਮਾੜੇ ਆ, ਚੰਗੇ ਨਹੀਂ ਹੈਗੇ ਪੰਜਾਬ ਲਈ, ਪਰ ਨਹੀਂ ਸੁਣੀ ਲੋਕਾਂ ਨੇ, ਸੁਣਦੇ ਅੱਜ ਵੀ ਨਹੀਂ। ਮੈਂ ਹੁਣ ਉੱਥੋਂ ਆਇਆ, ਆ ਨੰਗਿਆ ਮੈਂ ਕਚਹਿਰੀ ਕੋਲ ਦੀ, ਉਹ ਬੋਕਰ ਵਾਲਿਆਂ ਦੇ ਪੂਰਾ ਮੇਲਾ ਲੱਗਿਆ ਪਿਆ ਉੱਥੇ,
पता नहीं दफ्तर आ, पता नहीं की है, उसे कागज भरते हैं। अज भी लोगों का साडा हालात यह जे बने खड़े आ भी असं सच्चे तो सही बंदे की परख नहीं करते। साढ़े को आगू आ सरदार सिमरजीत सिंह मान जिदा विरोधी भी ये गल मानते हैं, आप सारे ने सुनिया ना जे कट्टर विरोधी आ सुखबीर बादल वर्गे दूजे तीजे वह भी कहें कि जे कोई बंदा जे कोई इंसान पूरी जिंदगी ता उम्र अपनी गल से खड़िया अपने स्टैंड से खड़िया तो सरदार सिमरजीत सिंह मान है। सो हुण भरावो आपां नूं लोड आ अपना रवायती अकाली दल इहनूं मजबूत करके जिन्ने तुसीं इत्थे समुची संगत आए हैं खास तौर पर बरनाले हल्के की संगत पिंडां चों शहर चों आए हैं उन्हां नूं लोड आ कि असीं पिंडां दे विच आपो अपनी ड्यूटी नूं समझदे होए तनदेही नाल निभाईए ते असीं सरदार गोबिंद सिंह संधू नूं इत्थों कामयाब करके एक नौजवान मुंडा है चंगी सोच का मालक है चंगा खून है। वो कहते ना खानदानियां जिहड़ियां खून दे नाल ही परखियां जांदियां ने जिहड़ा पीढ़ी दर पीढ़ी खून तुरिया आउंदा डीएनए तुरिया आउंदा। सो अज सानूं लोड आ कि आपां डट जाईए जे तां आपां कल्ले इत्थे जिंदाबाद करके एक बारी तुर गए फिर तां कोई फायदा नहीं। जिन्ने भी पिंडां दे आले दुआले आए हो भाई हर बंदा तनदेही दे नाल अपनी ड्यूटी नूं समझदा होया अपने फर्ज नूं समझदा होया वोटां दा समां नेड़े ही आ 15 तरीक दीआं वोटां शायद 13 दीआं वोटां समां थोड़ा बाकी उधर आपां हालात आपां देख भी रहे किसान साढ़े किवें रुलदे आ सड़कां ते झोना चक्किआ नहीं जा रहा अज 20 दिन हो गए बोली नहीं लगी बुरा हाल होया पिया पर इहदे जिम्मेवार भी मैं समझदा साढ़े लोग ही आ जो बंदे माड़े चुनोगे फिर हालात इहो जिहे होणे सोडी गल चुण कोई रखण वाला नहीं बंदा चुणदे आपां उदों आपां इह सोच लैंदे आ इहदे नाल नेड़ता है इह तों आह काम लै लांगे तों आह काम लै लांगे हालात फिर उही होने आ। पर अज मैं उन्हां नूं भी गल कहना चाहुंदा स्टेज तों गुरु घर दे विच्चों जिहड़े रौला पाउंदे हुंदे आ भी किसान वेहले आ इह वेहलड़ा झंडे डंडा पाया सड़कां ते आ गए अज जे सोडियां जथेबंदियां ना होण हुंदियां सोडिया किसान जिन्ने संगठन बने आ इह ना हुंदे सोडे आगू ना होण आ सोडा दाणा नहीं कहिंदे खरीदा दाणा भी याद रखे। सो अपने बंदिआं नूं ना निंदिआ भंडिआ करके चंगे आ माड़े आ अपने नाल खड़ जाया करो जथेबंदक हो जाओ जे तुसीं आने वाले समय दे विच दा टाकरा करना तां भरा मारू जंग तो बच जाओ। ये स्टेट अपनियां एजेंसियां राहीं साडे मुंडिआं दे कतल करा रहीआं ने साडे मुंडिआं दे इलजाम ला रहीआं ने ते असीं भी उह सिस्टम च जाल च फस जांदे आ आपां भी अपने बंदिआं नूं गालां कढ़न लग जांदे आ। मैं कहना हुंदा भी नहीं यार चंगा माड़ा साडा अपना ही है वह कहने ना आपदा मारू शामे सिद्धू वाली गल आ आप बहुत छेती अपने बंदिया के खिलाफ होंने तो बहुत छेती हक च होंने देखिया दुनिया की कोई कौम जिहड़ी अपने बंदिया के खिलाफ बोलती होवे हालांकि वह बलात्कारी बंदे भी ने उन्हां चों उन्हां बलात्कारियां के खिलाफ भी उन्होंने कदे एक शब्द नहीं बोलिया कि असीं लै तेरी देह तेरी जौं पैंदे आ मीडिया सोशल मीडिया से बह के अपने बंदिया के खिलाफ भी प्रापेगंडा प्रचार शुरू कर दिंदे आ। सो इस काम तो बचो ये भरा मारू जंग है चलो इसका छोटे जहां नहीं देखिया सुनते हैं कि 80 के दौर च 90 के दौर च किवें ये स्टेट ने एजेंसिया ने किवें गंदियां चालां चलियां ते किवें भरा मारू जंग दे विच भरावां दे हत्थों भरा मरवाए सी। सो आपां उह जंग च ना फस गए आपां समझ गए अज समुचे सिख पंथ नूं समुची कौम नूं जिन्ने साडे चेहरे ने साढ़े आगू ने उन्हां नूं सिर जोड़ के इहदे उत्ते चिंता करन दी भी लोड़ है चिंतन करन दी भी लोड़ है कि असीं दिनों दिन बहुत गहरे संकट दे विच फसदे जा रहे हैं ते इह हमले होर भी तेज होने आ। सो आपां सारिआं ने रल के अखीर ते इही अपील करदा हां सरदार सिमरजीत सिंह मान नूं मजबूत करिए श्रोमणी अकाली दल अमृतसर नूं मजबूत करिए गोबिंद सिंह संधू नूं आपां इत्थों जिता के जोर ला के भेजिए ता